ਪੰਜਾਬ ਦੇ ਕਿਸਾਨਾਂ ਦੀ ਫਸਲ ਜੇ ਮੰਡੀਆਂ ਦੇ ਵਿੱਚ ਸਾਂਭਣੀ ਹੈ ਤਾਂ ਉਹਦੀ ਜ਼ਿੰਮੇਵਾਰੀ ਪੱਲੇਦਾਰਾਂ 'ਤੇ ਆਉਂਦੀ ਹੈ। ਜੇ ਪੱਲੇਦਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਤਾਂ ਸ਼ਾਇਦ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਕਈ ਦਿਨ ਪਈ ਰਹੇਗੀ। ਪਰ ਹੁਣ ਉਹੀ ਪੱਲੇਦਾਰ ਸੰਘਰਸ਼ ਕਰ ਰਹੇ ਨੇ। ਆਖਿਰ ਸੰਘਰਸ਼ ਕਿੰਨਾ ਮੰਗਾਂ ਨੂੰ ਲੈ ਕੇ ਹੈ? ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਪੰਜਾਬ ਦੀਆਂ ਵੱਖ ਵੱਖ ਪੱਲੇਦਾਰ ਯੂਨੀਅਨ ਦੇ ਵੱਲੋਂ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ, ਲਾਲ ਚੰਦ ਕਟਾਰੂ ਚਾਕੋਰਾ ਦੇ ਨਾਲ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਕੀ ਨਿਬੜਿਆ, ਕੀ ਇਹਨਾਂ ਪੱਲੇਦਾਰਾਂ ਦੀਆਂ ਮੰਗਾਂ ਮੰਨੀਆਂ ਗਈਆਂ? ਸਾਡੇ ਨਾਲ ਇਸ ਵੇਲੇ ਮੌਜੂਦ ਨੇ ਵੱਖ ਵੱਖ ਜਿਹੜੀਆਂ 5 ਜਥੇਬੰਦੀਆਂ ਨੇ ਇਹਨਾਂ ਦੀਆਂ, ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ। ਬਾਈ ਜੀ, ਪਹਿਲਾਂ ਤਾਂ ਇਹ ਕਿ ਅੱਜ ਜਿਹੜੀ ਮੀਟਿੰਗ ਹੋਈ ਤੁਹਾਡੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਨਾਲ, ਉਸ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਸਿਰੇ ਲੱਗੀ? ਤੁਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਦੇ ਰਹੇ ਹੋ। ਸੋ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਸਾਡੇ ਦੱਬੇ ਕੁਚਲੇ ਲੋਕਾਂ ਦੀ, ਪੱਲੇਦਾਰਾਂ ਦੀ ਖਬਰ ਲਈ ਹੈ। ਉਹ ਸਾਡੀ ਇਹ ਆਵਾਜ਼ ਨੂੰ ਪਹੁੰਚਾਉਣ ਵਾਸਤੇ ਚੈਨਲ ਦੇ ਮਾਧਿਅਮ ਤੋਂ, ਮੈਂ ਸ਼ਿੰਦਰਪਾਲ ਸਿੰਘ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹੈ। ਸਾਡੇ ਨਾਲ 5 ਜਥੇਬੰਦੀਆਂ ਸਾਡੀਆਂ ਇਹ ਖੜ੍ਹੇ ਨੇ, ਇੱਧਰ ਖੜ੍ਹੇ ਨੇ, ਇਹ ਅੰਮ੍ਰਿਤਸਰ ਤੋਂ ਨੇ, ਇਹ ਕਾਮਰੇਡਾਂ 'ਚੋਂ ਨੇ। ਅਸੀਂ 5 ਜਥੇਬੰਦੀਆਂ ਇਕੱਠੇ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀ ਬਈ ਹੱਥ ਨਾਲ ਗੰਢ ਖੁੱਲ੍ਹ ਜੇ, ਮੂੰਹ ਨਾ ਲਾਉਣਾ ਪਵੇ। ਪਰ ਸਰਕਾਰ ਦੀ ਨੀਤੀ ਇਹ ਹੈ ਕਿ ਉਹ ਮੂੰਹ ਲਵਾਉਣਗੇ, ਜਾਣੀ ਅਸੀਂ ਕਹਿੰਦੇ ਵੀ ਜ਼ੋਰ ਜਮਾਈ ਨਾ ਕਰੀਏ, ਬਈ ਚਲੋ ਆਪਣੇ ਹੱਕ ਹੀ ਲੈਣੇ ਆ, ਪਰ ਇਹ ਦੇਣ ਨੂੰ ਤਿਆਰ ਨਹੀਂ ਹੈ। ਅੱਜ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਬਣੀ ਨਹੀਂ? ਬੇਸਿੱਟਾ ਰਹੀ ਹੈ ਗੱਲ, ਸਿਰਫ ਭਰੋਸਾ ਵੀ ਅਸੀਂ ਕਰਦੇ ਹਾਂ, ਕਰਾਉਂਦੇ ਹਾਂ, ਸਿਰਫ ਭਰੋਸਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਿਆ। ਕਿਹੜੀਆਂ ਮੰਗਾਂ ਕਿਹੜੀਆਂ ਸੀ ਤੁਹਾਡੀਆਂ? ਅਸੀਂ ਮੁੱਖ ਮੰਗਾਂ ਜਿਹਦੇ ਕਰਕੇ ਪੇਜ ਫਸਿਆ। ਸਾਡੀ ਮੇਨਲੀ ਇੱਕੋ ਹੀ ਮੰਗ ਹੈ ਵੀ ਠੇਕੇਦਾਰ ਜਿਹੜਾ ਵਿਚੋਲਾ ਹੈਗਾ ਉਹਨੂੰ ਵਿੱਚੋਂ ਕੱਢਿਆ ਜਾਵੇ, ਜਿਹੜੀ ਪੱਲੇਦਾਰਾਂ ਨੂੰ ਸਿੱਧੀ ਪੇਮੈਂਟ ਕੀਤੀ ਜਾਵੇ। ਜੋ ਰੇਟ ਐਪਸੀ ਤੇ ਫੂਡ ਸਪਲਾਈ ਨੇ ਤੈਅ ਕੀਤਾ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਜੋ ਰੇਟ ਤੈਅ ਕੀਤਾ ਹੋਇਆ ਉਹੀ ਰੇਟ ਸਾਨੂੰ ਦਿੱਤਾ ਜਾਵੇ। ਜਿਹੜਾ ਰੇਟ ਪਹਿਲਾਂ ਤੈਅ ਕੀਤਾ ਹੋਇਆ ਉਹ ਪੱਲੇਦਾਰਾਂ ਨੂੰ ਨਹੀਂ ਮਿਲਦਾ? ਨਹੀਂ ਮਿਲਦਾ, ਉਹਦੇ ਵਿੱਚ ਵਿਚੋਲਾ ਖਾਈ ਜਾਂਦਾ ਜਿਹੜਾ ਠੇਕੇਦਾਰ ਹੈ। ਐਪਸੀ ਨੇ 50% ਵੱਧ ਦਿੱਤਾ ਸਾਡੇ ਸਟੂਲ ਦੇ ਉੱਤੇ, PR 66 ਦੇ ਉੱਤੇ, ਔਰ ਇਹ ਕੀ ਕਰਦੇ ਆ ਪੰਜਾਬ ਸਰਕਾਰ, ਉਹਦੀ ਕੰਪੀਟੀਸ਼ਨ ਕਰਾਉਂਦੀ ਹੈ। ਉਹ 50 ਤੋਂ ਵੱਧ ਤਾਂ ਨਹੀਂ ਦਿੰਦੇ, ਲੇਕਿਨ ਥੱਲੇ ਕੋਈ ਜਿੰਨਾ ਮਰਜ਼ੀ ਪਾ ਦੇ, ਉਹ ਥੱਲੇ ਲੇਬਰ ਤੋਂ ਡਾਂਗ ਨਾ ਕਰਾਵੇ ਕੰਮ, ਪੁਲਿਸ ਦੇ ਜ਼ੋਰ ਨਾ ਕਰਾਵੇ, ਕੋਈ ਗੁੰਡਾਗਰਦੀ ਨਾ ਕਰਾਵੇ, ਮਤਲਬ ਜਿੰਨਾ ਘੱਟ ਕਰਾਵੇ ਉਨਾ ਹੀ, ਮਤਲਬ ਇਹ ਆਪਦਾ ਉਹਨਾਂ ਝਾੜੀ ਜਾਂਦੇ ਨੇ। ਤੁਹਾਡੇ ਕਹਿਣ ਦਾ ਭਾਵ ਸੀ ਕਿ ਸਿਰਫ ਤੁਸੀਂ ਵਿਚੋਲੀਆ ਖਤਮ ਕਰਨਾ ਚਾਹੁੰਦੇ, ਠੇਕੇ ਦਾ ਖਤਮ ਕਰਨਾ ਚਾਹੁੰਦੇ ਹੋ, ਸਰਕਾਰ ਕੀ ਕਹਿੰਦੀ ਇਸ ਗੱਲ ਤੇ? ਸਹਿਮਤੀ ਨਹੀਂ ਬਣੀ? ਜੇ ਨਹੀਂ ਬਣੀ ਤਾਂ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਮੇਨ ਜਿਹੜੇ ਠੇਕੇਦਾਰ ਲੋਭੀ ਆ, ਉਹ ਕਈ ਹੱਥ ਕੰਡੇ ਵਰਤਦੇ ਆ ਜਿਹੜੀ ਮੈਂ ਕਹਿਣਾ ਵੀ ਨਹੀਂ ਚਾਹੁੰਦਾ, ਲੇਕਿਨ ਇਹ ਮਜਬੂਰੀ ਹੈ ਕਿ ਕੁਛ ਸਾਡੇ ਵਿੱਚੋਂ ਇੱਦਾਂ ਦੇ ਅਫਸਰ ਵੀ ਨੇ ਜਿਹੜੇ ਠੇਕੇਦਾਰ ਨਾਲ ਮਿਲੀ ਭੁਗਤ ਕਰਦੇ ਆ। ਜੇ ਕੋਈ ਮੰਤਰੀ ਅਸਲੀ ਤੌਰ ਤੇ ਆ ਜੇ ਵੀ ਮੈਂ ਚੱਲ ਦੇ ਦਿਆਂ, ਤਾਂ ਜਿਹੜੀ ਅਫਸਰਸ਼ਾਹੀ ਆ ਉਹਨੂੰ ਪੁੱਠੇ ਰਸਤੇ ਪਾਉਂਦੀ ਹੈ, ਉਦੋਂ ਠੇਕਾ ਸਿਸਟਮ ਖਤਮ ਕਰਨ ਦੇ ਵੱਲ ਨੂੰ ਜਾਣ ਹੀ ਨਹੀਂ ਦਿੰਦੀ। ਔਰ ਅਸੀਂ ਕਹਿੰਦੇ ਹਾਂ ਕਿ ਜੇ ਤਾਂ ਪੰਜਾਬ ਸਰਕਾਰ ਨੂੰ ਕੋਈ ਨੁਕਸਾਨ ਆਉਂਦਾ ਹੋਵੇ, ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਕੋਈ ਵਜਨ ਪੈਂਦਾ ਹੋਵੇ, ਦੇਸ਼ ਦੇ 5 ਸੂਬੇ ਹੋਰ ਨੇ, ਇੱਕੋ ਹੀ ਦੇਸ਼ ਹੈ ਹਿੰਦੁਸਤਾਨ ਦੇ ਵਿੱਚ, 5 ਸੂਬਿਆਂ ਦੇ ਵਿੱਚ ਤੇਲੰਗਾਨਾ ਵਾਂਗੂ ਸਾਰੇ ਹੋਰ ਅਦਰ ਸੂਬੇ ਜਿਹੜੇ ਦੂਜੇ 5, ਉਹਨਾਂ ਦੇ ਬੋਰਡ ਬਣਾ ਕੇ ਸਾਡਾ ਪੱਲੇਦਾਰਾਂ ਦਾ ਸਿੱਧੀ ਪੇਮੈਂਟ ਦਿੱਤੀ ਜਾ ਰਹੀ ਹੈ। ਕਹਿੰਦੇ ਤੁਸੀਂ ਜੀ ਮੀਟਿੰਗ ਦੇ ਵਿੱਚ ਚਾਹ ਵੀ ਨਹੀਂ ਪੀ ਗਏ? ਨਹੀਂ ਪੀਤੀ ਜੀ, ਅਸੀਂ ਚਾਹ ਪੀ ਕੇ ਕਰਦਾ ਕੀ ਸੀ ਉਹਨਾਂ ਨਾਲ, ਜਾਂ ਸਾਨੂੰ ਕੁਛ ਦੇਣਾ ਤਾਂ ਹੈ ਹੀ ਨਹੀਂ, ਸਾਡੀ ਮੰਗ ਤਾਂ ਮੰਨਣੀ ਨਹੀਂ, ਔਰ ਉਹਨਾਂ ਨੇ ਕਿਹਾ ਤੱਕ ਵੀ ਨਹੀਂ ਸਾਨੂੰ, ਐਂ ਚਾਹ ਰੱਖੀ ਪਈ ਸੀ ਜਿਹੜੀਆਂ ਪਲੇਟਾਂ 'ਚ ਕੋਈ ਰੱਖਿਆ ਸੀ ਉਹ ਰੱਖਿਆ ਪਿਆ, ਅਸੀਂ ਉਵੇਂ ਜਿਵੇਂ ਉੱਠ ਕੇ ਆ ਗਏ ਹਾਂ, ਕਿਉਂਕਿ ਸਾਨੂੰ ਇਹ ਰੋਸ ਹੈ। ਅਸੀਂ ਤਾਂ ਜਿਹੜੀ ਰੋੜੀ ਹੈ ਉਹ ਵੀ ਤੜਕੇ ਫਿਰ ਅਸੀਂ ਆਪਦੇ ਜਿਹੜੇ ਪੱਲੇਦਾਰ ਸਾਡੇ ਜਿੱਥੇ ਜਿੱਥੇ ਬੈਠੇ ਆ ਇਹਨਾਂ ਦੇ ਪੂਤਲੇ ਫੂਕਣਗੇ, ਲੋਹੜੀ ਅਸੀਂ ਉਹਨਾਂ ਦੇ ਪੂਤਲੇ ਫੂਕ ਕੇ ਹੀ ਮਨਾਵਾਂਗੇ।
ਅੱਛਾ, ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਡਾ ਸੰਘਰਸ਼ ਕਿਸ ਪਾਸੇ ਵੱਲ ਜਾਏਗਾ, ਇਹ ਗੱਲ ਨਿਬੜੇਗੀ ਕਿਵੇਂ? ਤੁਸੀਂ ਧਰਨਿਆਂ ਤੇ ਬੈਠੇ ਹੋ, ਉਹਨਾਂ ਚਿਰ ਜਿੰਨਾ ਚਿਰ ਇਹ ਨਹੀਂ ਨਿਬੜਦਾ ਉਹਨਾਂ ਚਿਰ ਧਰਨੇ ਲਗਾਤਾਰ ਜਿਵੇਂ ਜਿਵੇਂ ਸਾਡੀਆਂ ਪੰਜੇ ਜੱਥੀ ਬੰਦੇ ਨੇ ਫੈਸਲੇ ਹੁੰਦੇ ਰਹੇਗੇ ਵੀ ਕੀ ਰੂਪ ਰੇਖਾ ਬਦਲਣੀ ਹੈ, ਮਰਨ ਵਰਤੇ ਵੀ ਜਾ ਸਕਦੀ ਹੈ ਔਰ ਸੀਐਮ ਦੀ ਕੋਠੀ ਪੂਰੇ ਬੰਦੇ ਨਾਲ ਵੀ ਘੇਰੀ ਜਾ ਸਕਦੀ ਹੈ, ਕੰਮ 20 ਬੰਦ ਹੋ ਸਕਦਾ, ਯਾਨੀ ਕੋਈ 20 ਐਕਸ਼ਨ ਲੈਣਾ ਪੈ ਜੇ ਪੱਲੇਦਾਰਾਂ ਨੂੰ, ਆਪਦੀਆਂ ਹੱਕੀ ਮੰਗਾਂ ਮਨਾ ਕੇ ਉੱਠੂਗੀ। ਫਿਲਹਾਲ ਧਰਨੇ ਕਿੱਥੇ ਕਿੱਥੇ ਤੁਹਾਡੇ ਚੱਲ ਰਹੇ ਹੈ? ਇਸ ਵਕਤ ਇਕੱਲੇ ਸੰਗਰੂਰ 'ਚ ਹੈ। ਤਾਂ ਇਹ ਪੱਲੇਦਾਰ ਯੂਨੀਅਨ ਹੈ ਜੀ, ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਸਾਡੀ ਇੱਕੋ ਮੁੱਖ ਮੰਗ ਹੈ ਕਿ ਇਹਨਾਂ ਦੇ ਵਿੱਚੋਂ ਵਿਚੋਲੀਆ ਕੱਢਿਆ ਜਾਵੇ, ਜਿਹੜੀ ਇਹਨਾਂ ਨੂੰ ਲੇਬਰ ਮਿਲਣੀ ਹੈ, ਜਿਹੜਾ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ, ਉਹਦਾ ਹੱਕ ਕਹਿੰਦੇ ਆ ਕਿ ਉਹ ਪੂਰਾ ਇਹਨਾਂ ਨੂੰ ਨਹੀਂ ਮਿਲਦਾ। ਵਿਚਲੇ ਠੇਕੇਦਾਰ ਕਹਿੰਦੇ ਨੇ ਕਿ ਸਾਡਾ ਹੱਕ ਖਾ ਰਹੇ ਨੇ, ਇਸ ਕਰਕੇ ਉਸ ਨੂੰ ਵਿੱਚੋਂ ਹਟਾਇਆ ਜਾਵੇ। ਫਿਲਹਾਲ ਸਰਕਾਰ ਨਾਲ ਮੀਟਿੰਗ ਹੋਈ ਪਰ ਬੇਨਤੀ ਜਾ ਰਹੀ ਹੈ। ਤਾਂ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ, ਧਰਨੇ ਜਾਰੀ ਰਹਿਣਗੇ ਔਰ ਮਰਨ ਵਰਤ ਤੱਕ ਕਹਿੰਦੇ ਅਸੀਂ ਸ਼ੁਰੂ ਕਰ ਸਕਦੇ ਹਾਂ ਅਤੇ ਲੋਹੜੀ ਪੁਤਲੇ ਫੂਕ ਕੇ ਮਨਾਵਾਂਗੇ। ਦੇਖਦੇ ਹਾਂ ਸਰਕਾਰ ਦੇ ਨਾਲ ਦੁਬਾਰਾ ਇਸ ਮਸਲੇ ਨੂੰ ਲੈ ਕੇ ਇਹਨਾਂ ਦੀ ਕੀ ਮੀਟਿੰਗ ਕਦੋਂ ਹੁੰਦੀ ਹੈ ਅਤੇ ਕਿੱਦਾਂ ਇਹਨਾਂ ਦਾ ਮਸਲਾ ਹੱਲ ਵਾਲੇ ਪਾਸੇ ਵਧੇਗਾ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।